ਡੇਰਾਮੁਖੀ ਤੇ 25 ਤਰੀਕ ਨੂੰ ਆਉਣ ਵਾਲੇ ਅਦਾਲਤੀ ਫੈਸਲੇ ਨੂੰ ਲੈ ਕੇ ਪੰਜਾਬ ਵਿੱਚ ਕਿਸੇ ਪ੍ਰਕਾਰ ਦੀ ਅਨਹੋਣੀ ਘਟਨਾ ਨੂੰ ਰੋਕਿਆ ਜਾ ਸਕੇ ਉਸ ਨੂੰ ਲੈ ਕੇ DGP ਪੰਜਾਬ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦਾ ਹਵਾਈ ਦੌਰਾ ਕਰ ਰਹੇ ਹਨ ਜਿਸ ਦੇ ਅੰਤਰਗਤ ਉਹ ਪਟਿਆਲਾ ਪਹੁੰਚੇ ਅਤੇ ਉਹਨਾਂ ਨੇ ਪੰਜਾਬ ਪੁਲਿਸ ਦੇ ਅਫਸਰ ਅਤੇ ਅਰਧ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ 15 ਅਗਸਤ ਤੋਂ ਬਾਅਦ ਆਲਰੇਡੀ ਸਾਰਾ ਦੌਰਾ ਕਰਿਆ ਆਏ ਸੀ ਹੁਣ ਸਾਡਾ ਮਕਸਦ ਸੀ ਵੱਜਦਾ ਇਹ ਸੀਗਾ ਕਿ ਵੀ ਕੀ ਤਿਆਰੀਆਂ ਹੋਈਆਂ ਔਨ ਗਰਾਊਂਡ ਕਿਉਂਕਿ ਸਾਡੇ ਕੋਲ ਹੁਣ CRPF ਪੈਰਾਮਿਲਟਰੀ ਫੋਰਸ ਬਾਹਰੋਂ ਆ ਗਈ ਹੈ ਉਹਨਾਂ ਦੀ ਫਿਰ ਆਪਸ ਦੇ ਵਿੱਚ ਕੋਆਰਡੀਨੇਸ਼ਨ ਵਗੈਰਾ ਬਰੀਫਿੰਗ ਵਗੈਰਾ ਉਸ ਵਾਸਤੇ ਸਾਰਾ ਅਸੀਂ ਉਸ ਦਿਨ ਜਿਹੜਾ ਹੈਗਾ ਪੰਜਾਬ ਨੂੰ ਕੋਈ ਸੀਲ ਕਰਨ ਦੀ ਵੀ ਗੱਲ ਚੱਲ ਰਹੀ ਕੋਈ ਰਾਜਸਥਾਨ ਤੋਂ ਬਾਰਡਰ ਸੀਲ ਦੀ ਤਾਂ ਪਹਿਲੀ ਨਹੀਂ ਗੱਲ ਚੱਲ ਰਹੀ ਹਰਿਆਣੇ ਵਾਲੀ ਸਾਈਡ ਤੋਂ ਸੀਲ ਕੀਤਾ ਜਾ ਸਕਦਾ ਦੇਖੋ ਇਸ ਤਰ੍ਹਾਂ ਹੈਗਾ ਕਿ ਵੀ ਜਿੱਥੇ ਤੱਕ ਮੰਡੇ ਨਾਲ ਸਫਲ ਲਾ ਆਰਡਰ ਹੁੰਦਾ ਉਹਦੇ ਵਾਸਤੇ ਡਿਫਰੈਂਟ ਡਿਫਰੈਂਟ ਸਟੈਪ ਚੱਕੇ ਜਾਂਦੇ ਉਹ ਅਸੀਂ ਉਸ ਦਿਨ ਹੀ ਕਰਾਂਗੇ ਲੇਕਿਨ ਇਹ ਤੁਸੀਂ ਮੰਨ ਕੇ ਚੱਲੋ ਕਿ ਬਈ ਅਸੀਂ ਰੂਲ ਆਫ ਲਾ ਹੈਗਾ ਔਰ ਮੈਂਟੇਨੈਂਸ ਆਫ ਹੈਗਾ ਲਾ ਐਂਡ ਆਰਡਰ ਹੈ ਉਹ ਅਸੀਂ ਇਨਸ਼ੋਰ ਕਰ ਪਟਿਆਲਾ ਤੋਂ SM1 ਨਿਊਜ਼ ਦੇ ਲਈ ਕੁਲਜੀਤ ਸਰਨਾ ਦੀ ਰਿਪੋਰਟ।